ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਾਡੇ ਚੈਨਲ ਟਰਬਨ ਟੇਲਸ ਦੇ ਵਿੱਚ। ਤੇ ਕਹਿੰਦੇ ਨੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਵੱਖਰੀ ਪਹਿਚਾਣ ਬਣਾ ਲੈਂਦੇ ਨੇ, ਤੇ ਭਾਵੇਂ ਵਿਦੇਸ਼ਾਂ 'ਚ ਜਾ ਕੇ ਕਿੰਨੇ ਵੀ ਬਿਜ਼ੀ ਹੋ ਜਾਣ ਪਰ ਆਪਣੇ ਧਰਮ ਤੇ ਆਪਣੇ ਪੰਜਾਬ ਨੂੰ ਕਦੇ ਵੀ ਨਹੀਂ ਭੁੱਲਦੇ। ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਉਣ ਚੱਲੇ ਹਾਂ ਦੁਬਈ ਦੇ ਬਹੁਤ ਹੀ ਸੋਹਣੇ ਗੁਰਦੁਆਰਾ ਸਾਹਿਬ, ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ। ਤੇ ਆ ਸਾਰੇ ਏਰੀਏ ਤੁਸੀਂ ਦੇਖ ਸਕਦੇ ਹੋ, ਇੱਕ ਹਿਸਾਬ ਨਾਲ ਇਹਨਾਂ ਨੇ ਕਮਿਊਨਿਟੀ ਕੰਪਲੈਕਸ ਬਣਾਇਆ ਇੱਥੇ, ਜਿਵੇਂ ਇੱਥੇ ਚਰਚਿਸ, ਮੰਦਿਰ, ਗੁਰਦੁਆਰਾ ਸਾਹਿਬ, ਇਹਨਾਂ ਨੂੰ ਸਾਰਿਆਂ ਨੂੰ ਇੱਕ ਸੈਪਰੇਟ ਪਲੇਸ ਦਿੱਤੀ ਹੈ ਇੱਥੇ। ਇਹਨਾਂ ਸਾਰਿਆਂ ਨੂੰ ਸਿਟੀ ਏਰੀਏ ਤੋਂ ਸੈਪਰੇਟ ਰੱਖਣ ਦਾ ਇਹੀ ਕਾਰਨ ਸੀਗਾ ਕਿ ਜਿਵੇਂ ਇਨ ਫਿਊਚਰ ਕੋਈ ਵੀ ਤਿਉਹਾਰ ਵਗੈਰਾ ਜਾਂ ਕੁਛ ਵੀ ਮਨਾਉਂਦੇ ਨੇ ਤਾਂ ਇਹਨਾਂ ਦੀ ਟ੍ਰੈਫਿਕ ਦੁਬਈ ਦੇ ਬਾਕੀ ਏਰੀਆਸ ਨੂੰ ਡਿਸਟਰਬ ਨਾ ਕਰੇ। ਅਤੇ ਵੈਸੇ ਬਹੁਤ ਹੀ ਜ਼ਿਆਦਾ ਸ਼ਾਂਤ ਪਲੇਸ ਆ ਇਹ। ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਇਹ ਸਿਚੁਏਟਿਡ ਹੈ ਜੈਬਲ ਅਲੀ ਵਿਲੇਜ ਦੁਬਈ ਦੇ ਵਿੱਚ। ਇਹ ਆਲਮੋਸਟ 28 ਕਿਲੋਮੀਟਰ ਦੂਰ ਹੈ ਸਿਟੀ ਸੈਂਟਰ ਦੁਬਈ ਤੋਂ। ਇੱਥੇ ਪਹੁੰਚਣ ਲਈ ਤੁਸੀਂ ਕੈਬ ਦਾ ਯੂਜ਼ ਕਰ ਸਕਦੇ ਹੋ। ਅਤੇ ਇੱਥੇ ਜਿਹੜਾ ਨੀਅਰੈਸਟ ਮੈਟਰੋ ਸਟੇਸ਼ਨ ਆ ਉਹ ਹੈਗਾ ਇਬਨ ਬਤੂਤਾ ਮੈਟਰੋ ਸਟੇਸ਼ਨ। ਅਤੇ ਇਬਨ ਬਤੂਤਾ ਮੈਟਰੋ ਸਟੇਸ਼ਨ ਤੋਂ ਤੁਹਾਨੂੰ F44 ਨੰਬਰ ਦੀ ਬੱਸ ਲੈ ਕੇ ਮੁਮਤਾਜ਼ ਕੰਪਲੈਕਸ ਉਤਰਨਾ ਪੈਣਾ, ਜੋ ਕਿ 10 ਮਿੰਟ ਦੀ ਦੂਰੀ 'ਤੇ। ਅਤੇ ਮੁਮਤਾਜ਼ ਕੰਪਲੈਕਸ ਤੋਂ ਗੁਰਦੁਆਰਾ ਸਾਹਿਬ ਦੀ ਦੂਰੀ ਸਿਰਫ 500 ਮੀਟਰ ਹੈ, ਅਤੇ ਤੁਸੀਂ ਇੱਥੇ ਪੈਦਲ ਵੀ ਜਾ ਸਕਦੇ। ਤੇ ਤੁਸੀਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਦਰਸ਼ਨ ਕਰੋ, ਤੇ ਕਿੰਨੀ ਸੋਹਣੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣਾਈ ਹੋਈ ਹੈ। ਤੇ ਇਸਦਾ ਡਿਜ਼ਾਈਨ ਮਾਡਰਨ ਤੇ ਟ੍ਰੈਡੀਸ਼ਨਲ ਸਿੱਖ ਬਿਲਡਿੰਗ ਨੂੰ ਮਿਕਸ ਕਰਕੇ ਬਣਾਇਆ। ਤੇ ਕਹਿੰਦੇ ਨੇ ਗੁਰਦੁਆਰਾ ਸਾਹਿਬ ਦੀ ਡਿਜ਼ਾਈਨ ਬਣਾਉਣ ਤੋਂ ਪਹਿਲਾਂ ਆਰਕੀਟੈਕਟ ਨੇ ਪਹਿਲਾਂ ਬਹੁਤ ਗੁਰਦੁਆਰੇ ਵਿਜ਼ਿਟ ਕੀਤੇ ਤਾਂ ਜਾ ਕੇ ਇਹਦਾ ਡਿਜ਼ਾਈਨ ਫਾਈਨਲ। ਤੇ ਇਹ ਫਸਟ ਓਫੀਸ਼ੀਅਲ ਸਿੱਖ ਟੈਂਪਲ ਹੈ ਦੁਬਈ ਦਾ, ਤੇ ਇਹ ਸਭ ਤੋਂ ਵੱਡਾ ਗੁਰਦੁਆਰਾ ਵੀ ਆ ਪੂਰੇ ਦੁਬਈ ਤੇ ਮਿਡਲ ਈਸਟ ਦਾ। ਤੇ ਇਹ ਗੁਰਦੁਆਰਾ 2012 ਦੇ ਵਿੱਚ ਬਣਾਇਆ ਗਿਆ, ਤੇ ਸੁਰਿੰਦਰ ਸਿੰਘ ਕੰਦਾਰੀ ਤੇ ਸਾਰੀ ਸਿੱਖ ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ ਇਹਨੂੰ ਬਣਾਉਣ। ਇਹ ਗੁਰਦੁਆਰਾ ਸਾਹਿਬ ਦੁਨੀਆ ਦਾ ਪਹਿਲਾ ISO ਸਰਟੀਫਾਈਡ ਗੁਰਦੁਆਰਾ ਸਾਹਿਬ। ISO ਸਰਟੀਫਾਈਡ ਗੁਰਦੁਆਰਾ ਸਾਹਿਬ ਤੋਂ ਮਤਲਬ ਕਿ ਇੱਥੇ ਹਰੇਕ ਚੀਜ਼ ਨੂੰ ਕਰਨ ਦੇ ਇੱਕ ਰੂਲ ਐਂਡ ਰੈਗੂਲੇਸ਼ਨ ਰੱਖੇ ਨੇ, ਜਿਵੇਂ ਕਿ ਇਨਵਾਇਰਮੈਂਟ ਨੂੰ ਨੁਕਸਾਨ ਨਹੀਂ ਪਹੁੰਚਾਊਗਾ, ਇਹਦੇ ਵਿੱਚ ਖਾਣ ਪੀਣ ਵਾਲੀਆਂ ਸਾਰੀਆਂ ਸੇਫਟੀ ਹਦਾਇਤਾਂ ਦਾ ਧਿਆਨ ਰੱਖਿਆ ਜਾਊਗਾ। ਤੇ ਇੱਥੇ ਆ ਕੇ ਸਾਨੂੰ ਫੀਲ ਹੋਇਆ ਕਿ ਅਸੀਂ ਕਿੰਨੇ ਲੱਕੀ ਹਾਂ ਕਿ ਸਾਨੂੰ ਇਸ ਸਥਾਨ ਤੇ ਆਉਣ ਦਾ ਮੌਕਾ ਮਿਲਿਆ। ਤੇ ਦੁਬਈ ਦੀ ਲਗਜ਼ਰੀ ਲਾਈਫ ਜਿਉਣ ਤੋਂ ਬਾਅਦ ਇੱਥੇ ਆ ਕੇ ਇੱਕ ਆਪਣਾਪਣ ਫੀਲ ਹੋਇਆ ਤੇ ਰੂਹ ਨੂੰ ਬਹੁਤ ਸਕੂਨ ਮਿਲਿਆ। ਤੇ ਗੁਰਦੁਆਰਾ ਅੰਦਰੋਂ ਕਿੰਨਾ ਸੋਹਣਾ ਡਿਜ਼ਾਈਨ ਦਿੱਤਾ ਹੋਇਆ, ਵਾਈਟ ਐਂਡ ਬਰਾਊਨ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਲੱਗ ਰਿਹਾ। ਤੇ ਗੁਰੂ ਮਹਾਰਾਜ ਦੇ ਪਾਵਨ ਸਰੂਪ ਨੂੰ ਮੱਥਾ ਟੇਕਣ ਤੋਂ ਬਾਅਦ ਅਸੀਂ ਕੀਰਤਨ ਦਾ ਆਨੰਦ ਮਾਣਿਆ। ਇਹ ਹੈ ਗੁਰੂ ਸਾਹਿਬ ਦਾ ਪਾਵਨ ਸੁੱਖ ਸਥਾਨ। ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਸਾਨੂੰ ਭੁੱਖ ਬਹੁਤ ਲੱਗੀ ਸੀ ਤੇ ਅਸੀਂ ਗਏ ਲੰਗਰ ਹਾਲ ਵੱਲ। ਤੇ ISO ਸਰਟੀਫਾਈਡ ਹੋਣ ਕਰਕੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਸ਼ੈਫ ਦੁਆਰਾ ਵਰਤਾਇਆ ਜਾਂਦਾ ਸੀ। ਇੱਥੇ ਸਿੱਖ ਸੰਗਤਾਂ ਆਪ ਲੰਗਰ ਦੀ ਸੇਵਾ ਨਹੀਂ ਕਰ ਸਕਦੀ। ਤੇ ਇਹ ਜਾਣ ਕੇ ਤੁਹਾਨੂੰ ਹੈਰਾਨੀ ਹੋਊਗੀ ਕਿ ਇਹ ਗੁਰਦੁਆਰਾ ਸਾਹਿਬ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਦਰਜ ਹੈ। ਇੱਥੇ ਇੱਕ ਦਿਨ ਦੇ ਵਿੱਚ 101 ਕੰਟਰੀਜ਼ ਤੋਂ ਆਏ 600 ਤੋਂ ਵੱਧ ਸੰਗਤ ਨੂੰ ਬ੍ਰੇਕਫਾਸਟ ਕਰਵਾਇਆ ਗਿਆ। ਤੇ ਇਹ ਰਿਕਾਰਡ ਸਿਰਫ ਦੁਬਈ ਦੇ ਵਿੱਚ ਹੀ ਹੋ ਸਕਦਾ, ਕਿਉਂਕਿ ਦੁਬਈ ਪੂਰੇ ਵਰਲਡ ਦਾ ਟੂਰਿਸਟ ਹੱਬ ਹੈ ਤੇ ਇੱਥੇ ਵੱਖ ਵੱਖ ਦੇਸ਼ਾਂ ਤੋਂ ਟੂਰਿਸਟ ਆਉਂਦੇ ਰਹਿੰਦੇ ਨੇ। ਲੰਗਰ ਬਹੁਤ ਜ਼ਿਆਦਾ ਸਵਾਦ ਸੀ, ਸਾਡੇ ਬਾਬਾ ਜੀ ਨੇ ਤਾਂ ਸਵਾਦ ਸਵਾਦ 'ਚ ਖੀਰ 3 ਵਾਰ ਪਵਾ ਕੇ ਖਾਧੀ। ਤੇ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਬਹੁਤ ਹੀ ਸੋਹਣਾ ਹਿੰਦੂ ਟੈਂਪਲ ਵੀ ਬਣਿਆ ਹੈ, ਬਟ ਟੈਂਪਲ ਦੇ ਵਿੱਚ ਵੀਡੀਓਗ੍ਰਾਫੀ ਫੋਟੋਗ੍ਰਾਫੀ ਅਲਾਊਡ ਨਹੀਂ ਹੈਗੀ, ਤਾਂ ਕਰਕੇ ਤੁਹਾਨੂੰ ਅਸੀਂ ਟੈਂਪਲ ਨਹੀਂ ਦਿਖਾ ਪਾਵਾਂਗੇ, ਤਾਂ ਉਹਦੇ ਲਈ ਤੁਹਾਡੇ ਤੋਂ ਮਾਫ਼ੀ ਚਾਹੁੰਦੇ ਹਾਂ।
ਤੇ ਅਸੀਂ ਨੇੜੇ ਬਣੀਆਂ ਹੋਈਆਂ ਚਰਚ ਦੇ ਵਿੱਚ ਵੀ ਜਾਣ ਦੀ ਟਰਾਈ ਕੀਤੀ, ਬਟ ਇੱਥੇ ਜੇ ਤੁਸੀਂ ਚਰਚ ਆਉਣਾ ਤਾਂ ਤੁਹਾਨੂੰ ਪ੍ਰੀ ਬੁਕਿੰਗ ਕਰਵਾ ਕੇ ਹੀ ਆਉਣਾ ਪੈਣਾ, ਨਹੀਂ ਅਲਾਓ ਨਹੀਂ ਕਰਨਗੇ ਤੁਹਾਨੂੰ ਅੰਦਰ ਵਿਜ਼ਿਟ ਕਰਨ ਦੇ ਲਈ। ਸੋ ਪਲੀਜ਼ ਮੇਕ ਸ਼ੋਰ ਯੂਅਰ ਬੁਕਿੰਗ ਬਿਫੋਰ ਵਿਜ਼ਿਟ ਚਰਚ। ਤੇ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ, ਸਾਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ, ਸਾਡੀਆਂ ਵੀਡੀਓਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਥੈਂਕ ਯੂ ਸੋ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।